ਖਾਲਸਾ ਟੀਵੀ ਦੇਖ ਰਹੇ ਸਭ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਨਹਿਰੂ ਯੁਵਾ ਕੇਂਦਰ ਚੰਡੀਗੜ੍ਹ ਅਤੇ ਵੇਵ ਯੂਥ ਫਾਊਂਡੇਸ਼ਨ ਵੱਲੋਂ PMKK ਮਨੀਮਾਜਰਾ ਨਾਲ ਲੱਗ ਕੇ ਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਉੱਤੇ ਇੱਕ ਪ੍ਰਤੀਯੋਗਤਾ ਕਰਵਾਈ ਗਈ, ਜਿਸ ਮੌਕੇ 'ਤੇ PMKK ਦੇ ਡਾਇਰੈਕਟਰ ਸਾਹਿਬਾਨ ਸ਼੍ਰੀ ਅੰਕਿਤ ਜੀ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ। ਇਸ ਦੌਰਾਨ ਮੁੱਖ ਮਹਿਮਾਨ ਨਹਿਰੂ ਯੁਵਾ ਕੇਂਦਰ ਚੰਡੀਗੜ੍ਹ ਦੇ DIG ਸਾਹਿਬਾਨ ਸ਼੍ਰੀ ਰਸਮੀਤ ਕੌਰ ਜੀ ਅਤੇ ਵਿਸ਼ੇਸ਼ ਮਹਿਮਾਨ ਹਰਜੀਤ ਸਿੰਘ ਜੀ ਅਤੇ ਸਿਮਰਨਜੀਤ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸਾਰੀ ਦੇਖ ਰੇਖ ਯੂਥ ਫਾਊਂਡੇਸ਼ਨ ਦੇ ਪ੍ਰਧਾਨ ਮਹਿੰਦਰ ਮਿਸ਼ਰਾ ਅਤੇ NIV ਮੋਹਨ ਕੁਮਾਰ, ਨੀਰਜ ਅਤੇ ਸੋਹੇਬ ਵੱਲੋਂ ਕੀਤੀ ਗਈ। ਇਸ ਪ੍ਰਯੋਗਤਾ ਦਾ ਮੁੱਖ ਉਪਦੇਸ਼ ਨੌਜਵਾਨਾਂ ਨੂੰ ਅੱਗੇ ਆ ਕੇ ਲੋਕਾਂ ਵਿੱਚ ਗੱਲ ਕਰਨ ਦੀ ਪ੍ਰੇਰਿਤ ਕਰਨਾ ਸੀ। ਧੰਨਵਾਦ। ਥਰਡ ਪ੍ਰਾਈਜ ਜਾਤਾ ਹੈ ਮਿਸ ਪ੍ਰੀਤੀ। ਸੈਕਿੰਡ ਪ੍ਰਾਈਜ ਹੈ ਮਿਸ ਨੀਸ਼ਾ। ਔਰ ਜੋ ਆਜ ਕੇ ਹਮਾਰੇ ਮੇਨ ਹੈ, ਜੋ ਫਸਟ ਪ੍ਰਾਈਜ ਹੈ ਵੋ ਹੈ ਮਿਸਟਰ ਮੰਤੋਸ਼। ਮੈਂ ਮੰਦਰ ਰੋਜ਼ ਜਾਤਾ ਹੂੰ, ਰੋਜ਼ ਮੈਂ ਗੋਲਡਨ ਟੈਂਪਲ ਜਾਤਾ ਹੂੰ, ਬਟ ਮੇਰਾ ਕੋਈ ਫਾਇਦਾ ਨਹੀਂ ਜਾਣੇ। ਆਪ ਲੋਕੋ ਮੇ ਸੇ ਆਦੇ ਲੋਕ ਤੋ ਹੰਸਨੇ ਲੱਗ ਜਾਏਂਗੇ। ਹਮ ਦੋਨੋਂ ਗੁਰਦੁਆਰਾ ਪਤਾ ਕਿਸ ਕੋ ਬੋਲਤੇ ਹੈ, PGI ਕੋ ਗੁਰਦੁਆਰਾ ਬੋਲਤੇ ਹੈ, ਹਮ ਰੋਜ਼ ਸ਼ਾਮ ਕੋ ਜਾਤੇ ਹੈ। ਮੇਰੀ ਵਾਈਫ ਮੁਝੇ ਨਹੀਂ ਕਹਾਂ ਮੈਂ ਗੁਰਦੁਆਰੇ ਵੀ, ਹਮ ਦੋਨੋਂ ਆਪਸ ਮੇ ਫੋਨ ਕਰਤਾ ਹੈ ਗੁਰਦੁਆਰੇ ਕਿਤਨੇ ਵਜੇ ਜਾਣਾ ਹੈ। ਹਮਾਰਾ ਗੁਰਦੁਆਰਾ ਵੋ ਹੈ, ਠੀਕ ਹੈ ਨਾ, ਜਾਮ ਕਿਸੇ ਕੀ ਨੀਡ ਪੂਰੀ ਕਰਤਾ ਹੈ। ਜ਼ਰੂਰਤਮੰਦ ਹੈ ਵਹਾਂ ਪੇ, ਰੋ ਰਹਾ ਹੈ ਬੇਚਾਰਾ, ਉਸਕੇ ਪਾਸ ਚਾਏ ਪੀਨੇ ਕੇ ਲਿਏ 6 ਰੁਪਏ ਨਹੀਂ ਹੈ, ਸੁਬਹੇ ਚਾਏ ਪੀਨੇ ਕੇ ਲਿਏ 6 ਰੁਪਏ ਨਹੀਂ ਹੈ ਉਸਕੇ ਪਾਸ, ਉਹ ਬੇਚਾਰਾ ਕਿਆ ਇਲਾਜ ਕਰਾਏਗਾ ਵਹਾਂ ਪੇ। ਹਰ ਇੱਕ ਫੀਲਡ ਮੇ, ਹਰ ਇੱਕ ਫੀਲਡ ਮੇ ਨੀਡੀ ਬੰਦਾ, ਹਰ ਇੱਕ ਫੀਲਡ ਮੇ, ਆਪ ਕਿਸੀ ਵੀ ਲੈਂਗੁਏਜ ਮੇ ਜਾਓਗੇ ਵਹਾਂ ਨੀਡੀ ਹੈ, ਪਰ ਉਸਕੀ ਇੱਕ ਹੈਲਪ ਕਰਨੀ। युवा पीढ़ी और लोगों के साथ गलत बिहेव करते हैं, और इनका कई बार इनके गुस्से का और ऐसे जो राजनीति में होते हैं वो इनका इस्तेमाल कर जाते हैं, या कुछ पैसों का लालच देते हैं, उनको अपना धार्मिक तौर पे तंगी करवाते हैं। तो हमें मतलब बच्चों को अच्छे ज्ञान देने चाहिए, ताकि दंगे और जो गुमराह हो रहे बच्चे उनको एक सही राह पे लाना चाहिए।